ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਇਹ ਫੋਰੈਸਟ ਗਾਰਡ ਦਾ ਪ੍ਰੀਵੀਅਸ ਐਗਜ਼ਾਮ ਹੈ ਦੇਖੋ ਸੀਨੀਅਰ ਲੈਬਟੈਂਡਰ ਲੈਬਟੈਂਡਰ ਤੇ ਲਾਇਬ੍ਰੇਰੀ ਰਿਜ਼ੋਰਟਰ ਤੇ ਫੋਰੈਸਟ ਗਾਰਡ ਤੇ ਅਸਿਸਟੈਂਟ ਟ੍ਰੇਨਰ ਇਹ ਸਾਰੇ ਐਗਜ਼ਾਮ ਇਕੱਠੇ ਹੋਏ ਸੀ ਤੇ ਇਹਨਾਂ ਸਾਰਿਆਂ ਵਾਸਤੇ ਐਗਜ਼ਾਮ ਹੈ ਇਸ ਤੋਂ ਆਪਾਂ ਇੱਕ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਫੋਰੈਸਟ ਗਾਰਡ ਦੇ ਐਗਜ਼ਾਮ ਵਿੱਚ ਕਿਸ ਟਾਈਪ ਦੇ ਕੁਐਸਚਨ ਯਾਨੀ ਜੀਕੇ ਮੈਥ ਆਵੇਗੀ ਠੀਕ ਹੈ ਤੇ ਇਸ ਦਾ ਪਹਿਲਾ ਪਾਰਟ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਆ ਅੱਜ ਦੀ ਵੀਡੀਓ ਵਿੱਚ ਆਪਾਂ 26 ਤੋਂ ਬਾਅਦ ਕੁਐਸਚਨ ਜਿਹੜੇ ਰਹਿ ਗਏ ਸੀ ਉਹ ਕਵਰ ਕਰਾਂਗੇ ਜੇ ਤੁਸੀਂ ਪਹਿਲਾ ਪਾਰਟ ਨਹੀਂ ਦੇਖਿਆ ਤਾਂ ਇਸ ਵੀਡੀਓ ਦੇ ਐਂਡ ਸਕਰੀਨ ਤੇ ਮੈਂ ਉਸ ਕਲਾਸ ਦਾ ਲਿੰਕ ਦੇ ਦੇਗਾ ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਓਕੇ ਹੁਣ ਆਪਾਂ ਜਿਹੜੇ 26 ਤੋਂ ਬਾਅਦ ਦੇ ਜਿਹੜੇ ਕੁਐਸਚਨ ਆਪਣੇ ਬਾਕੀ ਬਚ ਗਏ ਸੀ ਉਹ ਕਵਰ ਕਰ ਲੈਂਦੇ ਆ ਓਕੇ ਦੋਸਤੋ ਕੁਐਸਚਨ ਨੰਬਰ 27 ਸਟਾਰਟ ਕਰਨ ਤੋਂ ਪਹਿਲਾਂ ਜੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਸਪੋਰਟ ਕਰੋ ਕਿਉਂਕਿ ਫੋਰੈਸਟ ਗਾਰਡ ਦੇ ਇਗਜ਼ਾਮ ਸੰਬੰਧੀ ਕਾਫੀ ਕਲਾਸਿਸ ਆਲਰੇਡੀ ਤੁਹਾਨੂੰ ਸਾਡੇ ਚੈਨਲ ਤੇ ਮਿਲ ਜਾਣਗੇ ਓਕੇ ਕੁਐਸਚਨ ਨੰਬਰ 27 ਕੀ ਕਹਿੰਦਾ ਐਨਾਂ ਵਿੱਚ ਕਿਹੜੀ ਪ੍ਰਜਾਤੀ ਵਿੱਚ ਇੱਕ ਕੋਸ਼ੀ ਯੂਕਰੀਆਟਿਕ ਜੀ ਪਾਈ ਜਾਂਦੇ ਨੇ ਇਸ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਡੀ ਪ੍ਰੋਟੋਜ਼ੋਆ ਜਾਂ ਆਪਾਂ ਪ੍ਰੋਟੋਟਿਸਟਾ ਵੀ ਇਸ ਨੂੰ ਕਹਿ ਦਿੰਨੇ ਆ ਓਕੇ ਕੁਐਸਚਨ ਨੰਬਰ 28 ਦੀ ਗੱਲ ਕਰੀਏ ਕੁਝ ਈਜ਼ੀ ਕੁਐਸਚਨ ਹੈ ਦੇਖੋ ਦੋਸਤੋ ਜਿਹੜੇ ਜਿਹੜੇ ਸਵਾਲ ਦੇ ਜਵਾਬ ਤੁਹਾਨੂੰ ਪਤਾ ਤਾਂ ਵੀਡੀਓ ਵਿੱਚ ਕਮੈਂਟ ਕਰਦੇ ਰਹਿਣਾ ਕਰੋ ਜੇ ਕੋਈ ਸਵਾਲ ਤੁਹਾਡੇ ਮਨ ਵਿੱਚ ਹੈ ਕਮੈਂਟ ਨਹੀਂ ਕਰ ਸਕਦੇ ਤਾਂ ਡਾਇਰੈਕਟ ਮੈਥੋਂ ਇੰਸਟਾਗ੍ਰਾਮ ਤੇ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ ਇਹ ਮੇਰਾ ਇੰਸਟਾਗ੍ਰਾਮ ਆਈਡੀ ਨੰਬਰ ਹੈ ਇਸ ਤੇ ਫੋਲੋ ਕਰਕੇ ਗੱਲ ਕਰ ਸਕਦੇ ਹੋ ਕੁਐਸਚਨ ਨੰਬਰ 28 ਦੀ ਗੱਲ ਕਰੀਏ ਹੋਲਾ ਮੋਹਲਾ ਆਮ ਤੌਰ ਤੇ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਈਜ਼ੀ ਕੁਐਸਚਨ ਸਭ ਨੂੰ ਪਤਾ ਮਾਰਚ ਨੂੰ ਵਿਸਾਖੀ ਤੋਂ ਬਾਅਦ ਮਨਾਇਆ ਜਾਂਦਾ ਠੀਕ ਹੈ ਕੁਐਸਚਨ ਨੰਬਰ 29 ਦੀ ਗੱਲ ਕਰੀਏ ਨਿਯਮਿਤ ਲਿਖਤ ਵਿੱਚ ਕਿਹੜਾ ਐਨ ਐਚ ਯਾਨੀ ਨੈਸ਼ਨਲ ਹ ਵਾਰਾਨਸੀ ਨਾਲ ਜੋੜਦਾ ਹੈ ਭਾਵ ਕਿ ਕਿਹੜਾ ਰੋਡ ਹੈ ਉਹ ਜਿਹੜਾ ਕੋਲਕੱਤਾ ਨੂੰ ਵਾਰਾਨਸੀ ਨਾਲ ਜੋੜਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਊਗਾ অপਸ਼ਨ ਨੰਬਰ ਬੀ ਐਨ ਐਚ 12 ਹੈ ਜਿਹੜਾ ਯੂਪੀ ਤੋਂ ਵਾਰਾਨਸੀ ਤੱਕ ਜਾਂਦਾ ਠੀਕ ਹੈ ਯੂਪੀ ਤੋਂ ਕੋਲਕੱਤਾ ਤੱਕ ਜਾਂਦਾ ওকে ਕੁਐਸਚਨ ਨੰਬਰ 30 ਦੀ ਗੱਲ ਕਰੀਏ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਜਿਹੜੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਸਾਰੇ ਸੀ ਤਾਂ ਸਭ ਨੂੰ ਪਤਾ ਈਜ਼ੀ ਕੁਐਸਚਨ ਹੈ ਜਲਦੀ ਨਾਲ ਵੀਡੀਓ ਵਿੱਚ ਕਮੈਂਟ ਕਰ ਦਿਓ ਇਸ ਦਾ ਰਾਈਟ ਆਨਸਰ ਮੈਨੂੰ ਨਹੀਂ ਦੱਸਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਪੰਜਾਬ ਜੀਕੇ ਦੀ ਥਿਊਰੀ ਵਿੱਚ ਕਾਫੀ ਵਾਰ ਇਹ ਗੱਲ ਆਪਾਂ ਡਿਸਕਸ ਕਰ ਚੁੱਕੇ ਹਾਂ ਤੇ ਇਸ ਦਾ ਜਵਾਬ ਤੁਸੀਂ ਵੀਡੀਓ ਵਿੱਚ ਕਮੈਂਟ ਕਰਕੇ ਮੈਨੂੰ ਦੱਸ ਦਿਓ ਪਛੰਦਮਲ 31 ਦੀ ਗੱਲ ਕਰੀਏ ਸਿੱਖ ਧਰਮ ਦੀ ਪਵਿੱਤਰ ਪੁਸਤਕ ਕਿਹੜੀ ਹੈ ਇਹ ਵੀ ਈਜ਼ੀ ਕੁਐਸਚਨ ਹੈ ਲਗਭਗ ਹਰ ਪੰਜਾਬੀ ਨੂੰ ਇਹ ਪਤਾ ਹੈ ਤਾਂ ਇਸ ਦਾ ਵੀ ਤੁਸੀਂ ਕਮੈਂਟ ਵੀਡੀਓ ਵਿੱਚ ਲਿਖ ਦਿਓ ਕੁਐਸਚਨ ਨੰਬਰ 32 ਦੀ ਗੱਲ ਕਰੀਏ ਪੰਜਾਬ ਆਪਣੀ ਸੀਮਾ ਨੂੰ ਭਾਰਤ ਦੇ ਕਿੰਨੇ ਪ੍ਰਦੇਸ਼ਾਂ ਨਾਲ ਸਾਂਝਾ ਕਰਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੋਗਾ 4 4 ਕਿਹੜੀ ਕਿਹੜੀ ਨੇ ਜੰਮੂ ਕਸ਼ਮੀਰ ਠੀਕ ਹੈ ਹਿਮਾਚਲ ਪੰਜਾਬ ਹਿਮਾਚਲ ਰਾਜਸਥਾਨ ਤੇ ਹਰਿਆਣਾ ਠੀਕ ਹੈ ਇਹਨਾਂ ਚਾਰ ਰਾਜਾਂ ਨਾਲ ਪੰਜਾਬ ਆਪਣੀ ਜਿਹੜੀ ਸੀਮਾ ਸਾਂਝਾ ਕਰਦਾ ਓਕੇ ਕੁਐਸਚਨ ਨੰਬਰ 33 ਦੀ ਗੱਲ ਕਰੀਏ ਉਦਾਸੀਨ ਕੋਲ ਦਾ ਪੀ ਐਚ ਮਾਨ ਪਤਾ ਕਰਨ ਲਈ ਨਿਮਿਤ ਲਿਖਤ ਵਿੱਚ ਇਸ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਫੀ ਨੰਬਰ ਡੀ ਯੂਨੀਵਰਸਲ ਇੰਡੈਕਟਰ ਹੁੰਦਾ ਇਹ ਜਿਸ ਤੇ ਕਿਸੇ ਦਾ ਵੀ ਆਪਾਂ ਨੂੰ ਖਾਰਾਪਣ ਜਾਂ ਉਦਾਸੀਨ ਪਤਾ ਕਰਨਾ ਹੈ ਨਾ ਤਾਂ ਉਸ ਤੇ ਸ਼ੋਅ ਕਰ ਦਿੰਦਾ ਪੀ ਐਚ ਜਿਹੜਾ ਲੈਵਲ ਹੁੰਦਾ ਉਸ ਤੇ ਸ਼ੋਅ ਹੋ ਜਾਂਦਾ ਕੁਐਸਚਨ ਨੰਬਰ 34 ਦੀ ਗੱਲ ਕਰੀਏ ਨੀਵੀਂਤ ਲਿਖਤ ਦੇ ਵਿੱਚੋਂ ਕਿਹੜਾ ਦੇਸ਼ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਕੇਂਦਰੀ ਤਾਕਤ ਨਾਲ ਜੁੜਿਆ ਹੋਇਆ ਸੀ ਪਹਿਲੇ ਵਿਸ਼ਵ ਫਰਸਟ ਵਰਲਡ ਵਾਰ ਦੀ ਗੱਲ ਹੋ ਰਹੀ ਹੈ ਇਹ ਤਾਂ ਕਿਹੜਾ ਦੇਸ਼ ਸੀ ਇੰਨਾ ਵਿੱਚੋਂ ਸੀ ਤੁਰਕ ਠੀਕ ਹੈ ਤੁਰਕ ਸਮਰਾਸ ਸੀ ਤੁਰਕੀ ਸੀ ਕਵੈਸਚਨ ਨੰਬਰ 35 ਦੀ ਗੱਲ ਕਰੀਏ ਝਾਰਖੰਡ ਦਾ ਚਰਿਆ ਖੇਤਰ کافی ਇੰਪੋਰਟੈਂਟ ਐਗਜ਼ਾਮ ਵਿੱਚ ਬਹੁਤ ਵਾਰ ਪੁੱਛਿਆ ਗਿਆ ਦੋਸਤੋ ਇਹ ਕੁਐਸਚਨ ਤੇ ਇਸ ਵਾਰ ਵੀ ਐਗਜ਼ਾਮ ਵਿੱਚ ਰਿਪੀਟ ਹੋਣ ਦੇ ਪੂਰੇ ਚਾਂਸ ਨੇ ਚਰਿਆ ਖੇਤਰ ਨਿਮਿਤ ਲਿਖਤ ਵਿੱਚੋਂ ਕਿਹੜੇ ਖनिज ਲਈ ਪ੍ਰਸਿੱਧ ਹੈ ਤਾਂ ਇਸ ਦਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ ਬੀ ਕੋਲਾ ਕੋਲਾ کافی ਮਾਤਰਾ ਵਿੱਚ ਚਰਿਆ ਖੇਤਰ یعنی ਝਾਰਖੰਡ ਵਿੱਚ ਪਾਇਆ ਜਾਂਦਾ ਹੈ ਕਵੈਸਚਨ ਨੰਬਰ 36 ਦੀ ਗੱਲ ਕਰੀਏ ਨਿਮਿਤ ਲਿਖਤ ਵਿੱਚੋਂ ਕਿਸ ਤਾਰੀਖ ਨੂੰ ਵਾਰਸਾ ਆਇਆ ਦੀ ਸੰਧੀ ਤੇ ਹਸਤਾਖਰ ਕੀਤੇ ਗਏ ਸੀ ਤਾਂ 28 ਜੂਨ 1919 ਦਾ ਰਾਈਟ ਆਨਸਰ ਹੈ ਓਕੇ ਕੁਐਸਚਨ ਨੰਬਰ 37 ਦੀ ਗੱਲ ਕਰੀਏ ਸਮਾਨ ਅਕਾਰ ਦੇ ਕਰੰਟ ਸਮਾਨ ਦਿਸ਼ਾ ਵਾਲੀਆਂ ਦੋ ਸਮੰਤਰ ਤਾਰਾਂ ਨੂੰ ਇੱਕ ਦੂਜੇ ਨੂੰ ਆਕਰਸ਼ਿਤ ਕਰਦੀਆਂ ਹਨ ਕਿਉਂ ਕਰਦੀਆਂ ਨੇ ਕਿਉਂਕਿ ਉਹਨਾਂ ਦੇ ਵਿਚਕਾਰ ਮੈਗਨੈਟਿਕ ਫੋਰਸ ਹੁੰਦੀ ਹੈ ਮਤਲਬ ਉਹਨਾਂ ਵਿਚਕਾਰ ਚੁੰਬਕੀ ਸ਼ਕਤੀ ਹੋਣ ਦੇ ਕਾਰਨ ਇੱਕ ਦੂਜੇ ਨੂੰ ਆਕਰਸ਼ਿਤ ਕਰਦੀਆਂ ਨੇ ਓਕੇ ਕੁਐਸਚਨ ਨੰਬਰ 38 ਦੀ ਗੱਲ ਕਰੀਏ ਨਿਮਿਤ ਲਿਖਿਤ ਵਿੱਚੋਂ ਕਿਹੜੇ ਮੈਦਾਨ ਵਿੱਚ ਭਾਰਤ ਛੱਡ ਅੰਦੋਲਨ ਮਤਾ ਪਾਸ ਹੋਈ ਸੀ ਦੇਖੋ ਪਾਸ ਹੋਈ ਸੀ ਮਤਲਬ ਕੀ ਭਾਰਤ ਛੱਡੋ ਅੰਦੋਲਨ ਜਦੋਂ ਇਹ ਸਟਾਰਟ ਕੀਤਾ ਸੀ ਕਿਹੜੇ ਗਰਾਉਂਡ ਵਿੱਚ ਕੀਤਾ ਗਿਆ ਸੀ ਤਾਂ ਇਹਦਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ ਸੀ ਗੋਵਾਲੀਆ ਟੈਂਕ ਮੈਦਾਨ ਵਿੱਚ ਕਿਉਂਕਿ ਕਾਫੀ ਇੰਪੋਰਟੈਂਟ ਹੈ ਇਹ ਵੀ ਕੁਐਸਚਨ ਐਗਜ਼ਾਮ ਦੇ ਪੁਆਇੰਟ ਆਫ View ਨਾਲ ਕੁਐਸਚਨ ਨੰਬਰ 39 ਦੀ ਗੱਲ ਕਰੀਏ ਈਜ਼ੀ ਕੁਐਸਚਨ ਐ ਬੇਕਿੰਗ ਪਾਊਡਰ ਕੀ ਹੈ ਸਭ ਨੂੰ ਪਤਾ ਸੋਡੀਅਮ ਕਾਰਬੋਨੇਟ ਆ ਸੋਡੀਅਮ ਬਾਈਕਾਰਬੋਨੇਟ ਹੁੰਦਾ ਵੈਸੇ ਬਟ ਅਥੇ ਸੋਡੀਅਮ ਬਾਈਕਾਰਬੋਨੇਟ ਕਿਤੇ ਨਹੀਂ ਲਿਖਿਆ ਤਾਂ ਕੋ ਸੋਡੀਅਮ ਕਾਰਬੋਨੇਟ ਨਾਲ ਜਾਵਾਂਗੇ ਆ ਕਵੈਸਚਨ ਨੰਬਰ right okay? right okay? 40 ਦੀ ਗੱਲ ਕਰੀਏ ਚੱਗ ਤੈਰਨ ਦੀ ਪ੍ਰਕਿਰਿਆ ਦਾ ਉਪਯੋਗ ਇਸ ਦੀ ਸੰਗਣਤਾ ਲਈ ਕੀਤੀ ਜਾਂਦੀ ਹੈ ਠੀਕ ਹੈ ਚੱਗ ਤੈਰਨ ਦੀ ਪ੍ਰਕਿਰਿਆ ਦਾ ਉਪਯੋਗ ਇਸ ਦੀ ਸੰਗਣਤਾ ਲਈ ਕੀਤੀ ਜਾਂਦੀ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ ਬੀ ਸਲਫਾਈਡ ਕੱਚੀ ਤਾਂੰਤ ਠੀਕ ਹੈ ਕਵੈਸਚਨ ਨੰਬਰ 41 ਬੰਦੀ ਗੱਲ ਕਰੀਏ ਕੋਸ਼ਿਕਾ ਅੰਗ ਕੀ ਹੁੰਦੇ ਨੇ ਕੋਸ਼ਿਕਾ ਅੰਗ ਦੇਖੋ ਸੈੱਲ ਹੁੰਦੇ ਨੇ ਆਪਣੇ ਬੋਡੀ ਵਿੱਚ ਹਨ ਉਸ ਤੇ ਇੱਕ ਪਰਤ ਹੁੰਦੀ ਨੇ ਜਿਹੜੇ ਕੀ ਆਪਣੇ ਆਰਗਨਸ ਨੂੰ ਹੈਲਪ ਕਰਦੀ ਨੇ ਮੂਵਮੈਂਟ ਕਰਨ ਵਿੱਚ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ অপਸ਼ਨ ਨੰਬਰ ਬੀ ਇੰਦਰੀਏ ਵਿੱਚ ਪਾਈ ਜਾਣ ਵਾਲੀ ਸਰੰਚਨਾ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਕੁਐਸਚਨ ਨੰਬਰ 42 ਦੀ ਗੱਲ ਕਰੀਏ ਖੇਤਰਫਲ ਦੇ ਆਧਾਰ ਤੇ ਭਾਰਤ ਵਿੱਚ ਪੰਜਾਬ ਦੇ ਕਿਹੜੇ ਦਰਜੇ ਉੱਤੇ ਆਉਂਦਾ ਹੈ ਦੇਖੋ ਐਗਜ਼ਾਮ ਵਿੱਚ ਜੇ ਥੋੜਾ ਯਾਰ ਗੱਲ ਖਰਾਬ ਹੈ ਬਾਅਦ ਵਿੱਚ ਪ੍ਰੋਬਲਮ ਹੈ ਤਾਂ ਕਰਕੇ ਥੋੜਾ ਇਸ ਨੂੰ ਇਗਨੋਰ ਕਰੋ ਕਿ ਮੇਰੀ ਜਿਸ ਤਰ੍ਹਾਂ ਦੀ ਵੀ ਆਵਾਜ਼ ਆ ਰਹੀ ਹੈ ਤੇ ਇੱਕ ਵਾਰੀ ਵੀਡੀਓ ਵਿੱਚ ਥੈਂਕ ਯੂ ਓਕੇ ਸਰ ਕੁਝ ਵੀ ਲਿਖ ਕੇ ਕਮੈਂਟ ਜ਼ਰੂਰ ਕਰ ਦਿਆ ਕਰੋ ਠੀਕ ਹੈ ਤੁਹਾਡੇ ਕਮੈਂਟ ਨਾਲ ਕੀ ਹੁੰਦਾ ਦੋਸਤੋ ਮੋਟੀਵੇਟ ਹੁੰਦਾ ਮੈਂ ਤੇ ਵਧੀਆ-ਵਧੀਆ ਅੱਗੇ ਤੇ ਤੁਹਾਨੂੰ ਕਲਾਸ ਹੋਰ ਪ੍ਰੋਵਾਈਡ ਕਰਾਵਾਂ ਜੀ ਕਰਦਾ ਓਕੇ ਤਾਂ ਇਸ ਦਾ ਦੇਖੋ ਤੁਹਾਨੂੰ ਇਗਜ਼ਾਮ ਵਿੱਚ بیمੇ ਨੰਬਰ ਤੇ ਵੀ ਆ ਸਕਦਾ ਜੇ بیمਾ ਨੰਬਰ ਲਿਖਿਆ ਹੈ ਤਾਂ ਆਪਾਂ بیمੇ ਤੇ ਟਿੱਕ ਕਰਾਂਗੇ ਠੀਕ ਹੈ ਖੇਤਰਫਲ ਦੇ ਆਧਾਰ ਤੇ ਪੰਜਾਬ ਭਾਰਤ ਇਹ ਕਿਹੜੇ ਦਰਜੇ ਤੇ ਹੁੰਦਾ ਠੀਕ ਹੈ بیمੇ ਦੇਵਾਂਗੇ ਬਟ ਇੱਥੇ ਨਹੀਂ ਦਿੱਤਾ ਕੋਈ ਵੀ ਤਾਂ ਆਪਾਂ 19 ਨਾਲ ਜਾਵਾਂਗੇ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ ਸੀ ਹੋ ਜਾਵੇਗਾ ਕੁਐਸਚਨ ਨੰਬਰ 33 ਦੀ ਗੱਲ ਕਰੀਏ ਵਿਆਸ ਅਤੇ ਚਨਾਬ ਦੀਆਂ ਨਦੀਆਂ ਦੇ ਵਿਚਕਾਰਲੇ ਹਿੱਸੇ ਨੂੰ ਕੀ ਕਿਹਾ ਜਾਂਦਾ ਹੈ ਮਾਝਾ ਏਰੀਆ ਉਸ ਨੂੰ ਕਿਹਾ ਜਾਂਦਾ ਠੀਕ ਹੈ ਕੁਐਸਚਨ ਨੰਬਰ 44 ਦੀ ਗੱਲ ਕਰੀਏ ਜੰਮੂ ਕਸ਼ਮੀਰ ਦੇ ਭਾਰਤੀ ਪ੍ਰਦੇਸ਼ਾਂ ਦੁਆਰਾ ਪੰਜਾਬ ਦੀ ਸੀਮਾ ਕਿਸ ਨਾਲ ਮਿਲਦੀ ਹੈ ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਕਿਹੜੇ ਏਰੀਆ ਵਿੱਚ ਮਿਲਦੀ ਹੈ ਇਹ ਨੌਰਥ ਯਾਨੀ ਉੱਤਰ ਏਰੀਆ ਵਿੱਚ ਜੁੜਦੀ ਹੈ ਓਕੇ ਕਵੈਸਚਨ ਨੰਬਰ 45 ਦੀ ਗੱਲ ਕਰੀਏ ਫਾਸਿਵਾਦ ਇਨਕਲਾਬੀ ਸਤਾਵਾਦੀ ਰਾਸ਼ਟਰਵਾਦ ਇੱਕ ਰੂਪ ਯੂਰਪ ਵਿੱਚ ਕਦੋਂ ਆਇਆ ਸੀ ਤਾਂ 19ਵੀਂ ਸਦੀ ਵਿੱਚ ਆਇਆ ਸੀ ਇਹ 20ਵੀਂ ਸਦੀ ਵਿੱਚ ਆਇਆ ਸੀ ਕਵੈਸਚਨ ਨੰਬਰ 46 ਦੀ ਗੱਲ ਕਰੀਏ ਰੈਂਸੀਡਿਟੀ ਕੀ ਦਰਸਾਉਂਦੀ ਹੈ ਮਤਲਬ ਕਿਸ ਦੇ ਨਾਲ ਸੰਬੰਧਿਤ ਹੈ ਇਹ ਰੈਂਸੀਡਿਟੀ ਆ ਕਨਫਿਊਜ਼ਨ ਹੋ ਰਿਹਾ ਠੀਕ ਹੈ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਚਰਬੀ ਯੁਕਤ ਭੋਜਨ ਦਾ ਆਕਸੀਕਰਨ ਦੀ ਪ੍ਰਕਿਰਿਆ ਨੂੰ ਰੈਂਸੀਡਿਟੀ ਕਿਹਾ ਜਾਂਦਾ ਓਕੇ ਕਵੈਸਚਨ ਨੰਬਰ 47 ਦੀ ਗੱਲ ਕਰੀਏ AC ਨੂੰ DC ਵਿੱਚ ਬਦਲਣ ਲਈ ਇਹ ਥੋੜੇ ਜਿਹਾ ਨਾ ਉਹ ਸਿਵਲ ਲਾਈਨ ਦੇ ਕੁਐਸਚਨ ਆ ਕਿਉਂਕਿ ਇਹ ਇਕੱਠੇ ਇਗਜ਼ਾਮ ਹੋਈ ਸੀ ਤਾਂ ਇਹ ਆਪਣੇ ਕੋਲ ਇਗਜ਼ਾਮ ਵਿੱਚ ਨਹੀਂ ਪੁੱਛੇ ਜਾਂਦੇ ਇਹ ਤਿੰਨ ਕੁਐਸਚਨ ਨੇ ਤਾਂ ਵਰਗੇ ਇਹਨਾਂ ਨੂੰ ਸਕਿਪ ਕਰ ਦੋ ਠੀਕ ਹੈ ਕੁਐਸਚਨ ਨੰਬਰ 50 ਦੀ ਗੱਲ ਕਰੀਏ ਸਰਦਾਰ ਸਰੋਵਰ ਬੰਨ ਕਿਹੜੀ ਨਦੀ ਤੇ ਸਥਿਤ ਹੈ ਤਾਂ ਬਹੁਤ ਵਾਰ ਰਿਪੀਟ ਹੋਇਆ ਕੁਐਸਚਨ ਕਾਫੀ ਇੰਪੋਰਟੈਂਟ ਹੈ ਤੇ ਇੱਕ ਡੈਮਾਂ ਦੇ ਰਿਗਾਰਡਿੰਗ ਪ੍ਰੋਪਰ ਵੀਡੀਓ ਜਿਸ ਵਿੱਚ ਆਲ ਡੈਮ ਇਨਕਲੂਡ ਹੋਣਗੇ ਉਹ ਮੈਂ ਇੱਕ ਅੱਧੇ ਦਿਨ ਕੱਲ੍ਹ ਤੱਕ ਤੁਹਾਨੂੰ ਮੈਂ ਪ੍ਰੋਵਾਈਡ ਕਰਵਾ ਦੇਵਾਂਗਾ ਠੀਕ ਹੈ ਜਿਸ ਵਿੱਚ ਸਾਰੇ ਆਪਣੇ ਭਾਰਤ ਦੇ ਜਿਹੜੇ ਵੀ ਇੰਪੋਰਟੈਂਟ ਡੈਮ ਨੇ ਉਸ ਵਿੱਚ ਇਨਕਲੂਡ ਹੋਣਗੇ ਉਹ ਧਿਆਨ ਨਾਲ ਵੀਡੀਓ ਜ਼ਰੂਰ ਦੇਖ ਲਓ ਇੱਕ ਨੰਬਰ ਪੱਕਾ ਜ਼ਰੂਰ ਕਰ ਦਿਓ ਇਹ ਵੀਡੀਓ ਠੀਕ ਹੈ ਤੇ ਇਹ ਗੱਲ ਕਾਦੀ ਹੋ ਰਹੀ ਹੈ ਸਰਦਾਰ ਸਰੋਵਰ ਡੈਮ ਦੀ ਹੋ ਰਹੀ ਹੈ ਤਾਂ ਇਹ ਕਿਹੜੀ ਨਦੀ ਤੇ ਬਣਾਇਆ ਹੋਇਆ ਹੈ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਨਰਮਦਾ ਨਦੀ ਤੇ ওকে ਕਵੈਸਚਨ ਨੰਬਰ 51 ਦੀ ਗੱਲ ਕਰੀਏ ਬਾਗਵਾਨੀ ਦਾ ਕੀ ਅਰਥ ਹੈ ਆਪਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹੈ ਫਲ ਅਤੇ ਸਬਜ਼ੀਆਂ ਉਗਾਉਣਾ ਨੂੰ ਕੀ ਕਿਹਾ ਜਾਂਦਾ ਬਾਗਵਾਨੀ ਕਿਹਾ ਜਾਂਦਾ ਕਵੈਸਚਨ ਨੰਬਰ 52 ਦੀ ਗੱਲ ਕਰੀਏ ਭਲਾਈ ਸਟੀਲ ਖਾਰਗਾਨਾ ਕਿਹੜੇ ਪ੍ਰਾਂਤ ਵਿੱਚ ਸਥਿਤ ਹੈ ਆਪਸ਼ਨ ਨੰਬਰ A ਇਸ ਦਾ ਰਾਈਟ ਆਂਸਰ ਹੈ ਛਤੀਸਗੜ੍ਹ ਵਿੱਚ ਸਥਿਤ ਹੈ ਕਵੈਸਚਨ ਨੰਬਰ 53 ਦੀ ਗੱਲ ਕਰੀਏ ਇਕੋਸਿਸਟਮ ਯਾਨੀ ਪ੍ਰਿਆਵਰਣਕ ਪ੍ਰਬੰਧ ਦੇ ਦੋ ਕਟਕ ਦੇਖੋ ਮੈਂ ਤੁਹਾਨੂੰ এনਵਾਇਰਨਮੈਂਟ ਦੇ ਰਿਗਾਰਡਿੰਗ ਥਿਊਰੀ ਵਿੱਚ ਕਲਾਸ ਪ੍ਰੋਵਾਈਡ ਕਰਵਾਈ ਸੀ ਠੀਕ ਹੈ ਉਹ ਥਿਉਰੀ ਦੇ ਉਸ ਵਿੱਚ ਮੈਂ ਸਾਫ਼-ਸਾਫ਼ ਤੁਹਾਨੂੰ ਇਹ ਇੱਕ ਉਦਾਹਰਣ ਦਿੱਤੀ ਸੀ ਕਿ ਜੈਵਿਕ ਅਤੇ ਅਜੈਵਿਕ ਕਟਕ ਦੇ ਸੁਮੇਲ ਨਾਲ ਆਪਣਾ ਪੂਰਾ ਪਰਿਆਵਰਣ ਯਾਨੀ ਵਾਤਾਵਰਣ ਬਣਦਾ ਹੈ ਤਾਂ ਇਸ ਦਾ ਰਾਈਟ ਆਨਸਰ ਕਿਹੜਾ ਹੋਵੇਗਾ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੋ ਜਾਵੇਗਾ ਪ੍ਰਸ਼ਨ ਨੰਬਰ 54 ਦੀ ਗੱਲ ਕਰੀਏ ਆਧੁਨਿਕ ਵਰਗੀਕਰਨ ਦੇ ਅਨੁਸਾਰ ਨਿਮਨ ਵਿੱਚ ਕਿਸ ਨੂੰ ਵੇਲ ਨਾਲ ਸ੍ਰੇਣੀ ਵੱਧ ਕੀਤਾ ਜਾ ਸਕਦਾ ਹੈ ਵੇਲ ਵੇਲ ਫਿਸ਼ ਹੁੰਦੀ ਹੈ ਜਿਹੜੀ ਦੇਖਿਆ ਨਾ ਵੇਲ ਫਿਸ਼ ਉਹ ਕਿਸ ਵਰਗੀ ਲੱਗਦੀ ਹੈ ਡੋਲਫਿਨ ਵਰਗੀ ਜਿਸ ਤਰ੍ਹਾਂ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ ਬੀ ਓਕੇ ਕੁਐਸਚਨ ਨੰਬਰ 55 ਦੀ ਗੱਲ ਕਰੀਏ ਭਾਰਤ ਵਿੱਚ ਪਹਿਲੀ ਜੂਟ ਮਿਲ ਕਦੋਂ ਸਥਾਪਿਤ ਕੀਤੀ ਗਈ ਸੀ ਜੂਟ ਮਿਲ ਦੇਖੋ ਜੂਟ ਮਿਲ ਕਦੋਂ ਸਥਾਪਿਤ ਕੀਤੀ ਗਈ ਸੀ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਟਾਈਮ ਵਿੱਚ ਹੋਈ ਸੀ ਏਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਹੈ 1855 ਸੀ ਵਿੱਚ ਕੁਐਸਚਨ ਨੰਬਰ 56 ਦੀ ਗੱਲ ਕਰੀਏ ਪੰਜਾਬ ਦਾ ਬਟਿੰਡਾ ਕਿਸ ਦੁਆਰਾ ਬਸਾਇਆ ਗਿਆ ਸੀ ਬਟਿੰਡਾ ਦੇਖੋ ਇਸੇ ਨਾਮ ਤੋਂ ਹੀ ਪਤਾ ਲੱਗਦਾ ਬੀ ਏ ਬੀ ਐਚ ਏ ਟੀ ਆਈ ਡੀ ਇਹਨਾਂ ਦੀ ਬਟਿੰਡਾ ਤੇ ਇਧਰੋਂ ਪੱਟੀ ਐਨਾਂ ਦੇ ਨਾਮ ਪੱਟੀਰਾ ਉਹਦੇ ਨਾਮ ਤੇ ਹੀ ਬਟਿੰਡਾ ਸ਼ਹਿਰ ਦਾ ਨਿਰਮਾਣ ਕੀਤਾ ਗਿਆ ਸੀ। ਕੁਐਸਚਨ ਨੰਬਰ 57 ਦੀ ਗੱਲ ਕਰੀਏ ਹੇਟ ਲਿਗਮ ਵਿੱਚੋਂ ਕਿਹੜਾ ਤਿਉਹਾਰ ਬਾਬਾ ਜੱਸਾ ਸਿੰਘ ਨੂੰ ਸਮਰਪਿਤ ਕੀਤਾ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਾਉ অপਸ਼ਨ ਨੰਬਰ ਏ ਕਪੂਰਤਲਾ ਹੈਰੀਟੇਜ ਹੈ ਜਿਹੜਾ ਬਾਬਾ ਜੱਸਾ ਸਿੰਘ ਦੀ ਯਾਦਗਾਰੀ ਵਿੱਚ ਮਨਾਇਆ ਜਾਂਦਾ ਹੈ। ਕੁਐਸਚਨ ਨੰਬਰ 58 ਦੀ ਗੱਲ ਕਰੀਏ 1852 ਈਸਵੀ ਵਿੱਚ ਭਾਰਤੀ ਰੇਲ ਪਹਿਲੀ ਰੇਲ ਯਾਤਰਾ ਮੁੰਬਈ ਤੋਂ ਲੈ ਕੇ ਕਿਹੜੇ ਸਥਾਨ ਤੱਕ ਗਈ ਸੀ ਦੇਖੋ ਇੱਥੇ ਦੋ ਕੁਐਸਚਨ ਤੁਹਾਡੇ ਸੋਲਵ ਹੁੰਦੇ ਨੇ ਕਈ ਵਾਰ ਇਗਜ਼ਾਮ ਵਿੱਚ ਪੁੱਛ ਲੈ ਜਾਂਦੇ ਕਿ ਭਾਰਤ ਵਿੱਚ ਸਭ ਤੋਂ ਪਹਿਲਾ ਸਭ ਤੋਂ ਪਹਿਲੀ ਰੇਲ ਕਦੋਂ ਚਲਾਈ ਗਈ ਸੀ ਤਾਂ ਇਹ ਡੇਟ ਹੈ 1852 ਤੇ ਕਿੱਥੋਂ ਤੋਂ ਕਿੱਥੇ ਤੱਕ ਗਈ ਸੀ ਇਹ ਮੁੰਬਈ ਤੋਂ ਲੈ ਕੇ ਥਾਣੇ ਤੱਕ ਗਈ ਸੀ ਠੀਕ ਹੈ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਕੁਐਸਚਨ ਨੰਬਰ 59 ਦੀ ਗੱਲ ਕਰੀਏ ਭਾਰਤ ਛੱਡੋ ਅੰਦੋਲਨ ਦੌਰਾਨ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ ਤਾਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ ਆਪਸ਼ਨ ਨੰਬਰ ਬੀ ਗਿੰਸਟਨ ਚਰਚਿਲ ਓਕੇ ਕੁਐਸਚਨ ਨੰਬਰ 60 60 ਦੀ ਗੱਲ ਕਰੀਏ ਚੁੰਬਕੀ ਦੋ ਤਰੂਪ ਸੰवेग ਦੀ ਐਸਆਈ ਇਕਾਈ ਕੀ ਹੈ ਠੀਕ ਹੈ ਐਸਆਈ ਇਕਾਈ ਕੀ ਹੈ ਤਾਂ ਇਹਦਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ ਬੀ ਐਮ 2 ਐਂਪੀਅਰ ਮੀਟਰ ਦੀ ਪਾਵਰ 2 ਓਕੇ ਇਸ ਤੋਂ ਬਾਅਦ ਦੋਸਤੋਂ ਮੈਥ ਸਟਾਰਟ ਹੋ ਜਾਂਦਾ ਹੈ ਮੈਥ ਦੀ ਕਲਾਸ ਆਪਾਂ ਕੱਲ ਕਰਾਂਗੇ ਤੇ ਜੀਕੇ ਆਪਣੀ ਲਗਭਗ ਕੰਪਲੀਟ ਹੈ ਜਿਹੜਾ ਵੀ ਪ੍ਰੀਵੀਅਸ ਐਗਜ਼ਾਮ ਵਿੱਚ ਹੋਇਆ ਸੀ ਓਕੇ ਹੁਣ ਕਰਨਾ ਹੈ ਕਿ ਤੁਸੀਂ ਜੇ ਤੁਹਾਨੂੰ ਥੋੜੀ ਜਿਹੀ ਵੀ ਵੀਡੀਓ ਬੈਨੀਫੀਸ਼ੀਅਲ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਛੱਡ ਦਿਓ